ਅੱਜ ਮੇਰਾ ਜਿਹੜਾ ਇਹ ਇੱਕ ਨਿੱਜੀ ਵਿਚਾਰ ਵਾ ਔਰ ਮੈਂ ਸਿੱਖ ਕੈਦੀਆਂ ਦੀ ਰਿਹਾਈ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰ ਰਿਹਾ ਬਾਕੀ ਜਿਹੜੇ ਉਹ ਜਥੇਬੰਦੀਆਂ ਨੇ ਫੈਸਲੇ ਅੰਦਰ ਮੇ ਲੈਣੇ ਆ ਉਥੇ ਬੇਨਤੀ ਹੈ ਕਿ ਜਦੋਂ ਵੀ ਸਿੱਖ ਕੌਮ ਦਾ ਮਸਲਾ ਕੋਈ ਹੁੰਦਾ ਤੇ ਉਹਨੂੰ ਮਿਲ ਕੇ ਲਮਕਾਇਆ ਜਾਂਦਾ ਜੇ ਤਾਂ ਅੱਜ ਤੱਕ ਅਸੀਂ 38 ਸਾਲਾਂ ਦੇ ਵਿੱਚ ਜਿਹੜਾ ਵਾ ਅਸੀਂ ਧਰਮ ਤੇ ਕੌਮ ਦੀ ਲੜਾਈ ਲੜਦੀ ਆਉਂਦੀ ਸਿੱਖ ਕੌਮ ਔਰ ਅੱਜ ਮੈਂ ਸਿੱਖੋਂ ਨੂੰ ਅਪੀਲ ਕਰੂੰਗਾ ਕਿ ਆਪਾਂ ਧਰਮ ਕੌਮ ਦੀ ਲੜਾਈ ਛੱਡ ਕੇ ਅਸੀਂ ਆਪਣੇ ਬੱਚੇ ਜਿਹੜੇ ਬਚਾਈਏ ਜੇ ਸਾਹਿਬ ਨਾਲ ਅੱਜ ਮਲਕੇ ਸਾਡੀ ਜਿਹੜੀ ਸੇ ਕੌਮ ਚੱਲ ਰਹੀ ਆ ਇਹ ਸਾਹਿਬ ਦੇ ਨਾਲ ਸਾਡੇ ਆਉਂਦੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਜਿਹੜੀਆਂ ਖਤਮ ਹੋ ਜਾਣਗੀਆਂ ਇਹ ਖਤਮ ਹੋਣ ਦਾ ਕਾਰਨ ਇਹ ਆ ਕਿ ਜਿੰਨੇ ਰਾਜਨੀਤਿਕ ਪਾਰਟੀਆਂ ਨੇ ਇਹ ਉਤੋਂ ਇੱਕ ਨੇ ਤੇ ਸਾਡੇ ਜਿਹੜੇ ਸਿੱਖ ਬੰਦੇ ਨੇ ਜਾਂ ਕੋਈ ਵੀ ਬੰਦਾ ਵਾ ਇਹ ਹਰ ਇੱਕ ਬੰਦਾ ਵੋਟਰ ਤੌਰ ਦੇ ਤੇ ਕਿਸੇ ਨਾ ਕਿਸੇ ਨਾਲ ਜੁੜਿਆ ਵਾ ਦੂਜੇ ਗੱਲ ਇਹ ਜਿਹੜੇ ਸਿੱਖ ਕੈਦੀ ਨੇ ਇਹਨਾਂ ਦੀ ਰਿਹਾਈ ਦੇ ਬਾਰੇ ਜਿਹੜਾ ਵਾ ਆਪਾਂ ਗੱਲ ਕਰਦੇ ਆ ਜਦੋਂ ਅਸੀਂ ਗੱਲ ਕਰਦੇ ਆ ਤੇ ਸਰਕਾਰ ਜਿਹੜੀ ਆ ਸਭ ਤੋਂ ਪਹਿਲਾਂ ਇਹ ਸੋਚਦੀ ਆ ਵੀ ਇਹ ਸਿੱਖ ਕੈਦੀ ਆਤਵਾਦੀ ਨੇ ਤਾਂ ਆਤਵਾਦੀਆਂ ਨੂੰ ਛੱਡਣ ਦੇ ਬਾਰੇ ਵੀ ਇਹ ਗੱਲ ਕਿਉਂ ਕਰਦੇ ਨੇ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਸਾਨੂੰ 84 ਦਾ ਮਸਲਾ ਹੱਲ ਕਰਨਾ ਚਾਹੀਦਾ ਜਦੋਂ ਅਸੀਂ 84 ਦੇ ਫੌਜੀ ਹਮਲੇ ਦਾ ਇਹਨਾਂ ਕੋਲ ਇਨਸਾਫ ਮੰਗਾਂਗੇ ਉੱਥੇ ਚਿੱਟਾ ਸਾਫ਼ ਨਿਕਲੇਗਾ ਕਿ ਕਾਂਗਰਸ ਨੇ ਹਮਲਾ ਕੀਤਾ ਅਕਾਲੀ ਦਲ ਨੇ ਕਰਵਾਇਆ ਤੇ ਭਾਜਪਾ ਨੇ ਸਪੋਰਟ ਕੀਤੀ ਫਿਰ ਇਹ ਸਿੱਖ ਕਹਿੰਦੀ ਅਤਵਾਦੀ ਨਹੀਂ ਨਿਕਲਣਗੇ ਅਤਵਾਦੀ ਇਹਨਾਂ ਤਿੰਨਾਂ ਪਾਰਟੀਆਂ ਦੇ ਰਾਜਨੀਤਿਕ ਨਿਕਲਣਗੇ ਹੁਣ ਆ ਗਈ ਸਿੱਖ ਕੈਦੀਆਂ ਦੀ ਰਿਹਾਈ ਦੀ ਗੱਲ ਹਮੇਸ਼ਾ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹ ਸਿੱਖਾਂ ਨੂੰ ਅੰਦਰ ਕੈਦ ਕਰਕੇ ਦਬਾ ਕੇ ਰੱਖਣਾ ਚਾਹੁੰਦੀਆਂ ਔਰ ਮੈਂ ਇਹ ਗੱਲ ਕਰਨਾ ਕਿ ਜਿਹੜੇ ਅਸੀਂ ਤਰਨੇ ਲਾਉਨੇ ਆ ਤਰਨੇਆਂ ਦੇ ਨਾਲ ਸਾਡੀ 6 ਕੌਂਦੇ ਆਉਂਦੇ ਪੁਵਿੱਖ ਦਾ ਨੁਕਸਾਨ ਹੁੰਦਾ ਵਾ ਪੁਵਿੱਖ ਦੇ ਵਿੱਚ ਸਾਹੇ ਸਾਡੀ ਆਉਂਦੀ ਪੀੜ੍ਹੀ ਜਿਹੜੀ ਅਸੀਂ ਤਰਨੇ ਦੇ ਬੈਠੇ ਹਾਂ ਤੇ ਅਸੀਂ ਪੜਾ ਨਹੀਂ ਸਕਦੇ ਸਾਡੇ ਬੱਚੇ ਜਿਹੜੇ ਗਵਾਰ ਹੋ ਜਾਣਗੇ ਤੇ ਸਿੱਖ ਕੈਦੀਆਂ ਦੀ ਰਿਹਾਈ ਆਸਤੇ ਜਿਹੜਾ ਵਾ ਇਹ ਸਾਨੂੰ ਹੁਣ ਸਮੇਂ ਦੇ ਲਿਹਾਜ ਨਾਲ ਸਾਨੂੰ ਬਦਲੀ ਕਰਨਾ ਚਾਹੀਦਾ ਸਾਨੂੰ ਜੇਲ੍ਹ ਪਰੋ ਅੰਦੋਲਨ ਜਿਹੜਾ ਉਹ ਚਲਾਉਣਾ ਚਾਹੀਦਾ ਔਰ ਜੇਕਰ ਜੇਲ੍ਹ ਤੋਂ ਅੰਦੋਲਨ ਚਲਾਈਏ ਉਹਦੇ ਵਿੱਚ ਮੈਂ ਸਭ ਤੋਂ ਅੱਗੇ ਹਾਂਗਾ ਪਰ ਅੱਜ ਨਹੀਂ ਅੱਜ ਦੇ ਹਾਲਾਤ ਇਹ ਆ ਕਿ ਅੱਜ ਭਾਵੇਂ 100 ਬੰਦਾ ਵੀ ਅੰਦਰ ਜਾ ਕੇ ਕੈਦ ਹੋ ਜੇ ਤੇ ਲੋਕਾਂ ਨੇ ਕਹਿਣਾ ਇਹ ਤੇ ਬਹੁਤ ਤਖਤਵਾਦੀ ਸੀ ਇਹ ਗਲਤ ਬੋਲ ਰਹੇ ਲੋਕਤੰਤਰ ਦਾ ਘਾਣ ਕਰਦਾ ਸੀ ਤਾਂ ਇਹਨੂੰ ਅੰਦਰ ਕੀਤਾ ਮੈਂ ਇਹ ਗੱਲ ਕਹਿਣਾ ਕਿ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਔਰ ਜੇਲ੍ਹ ਪਰੋ ਅੰਦੋਲਨ ਦੇ ਵਾਸਤੇ ਇਹ ਉੱਚੀ ਆਵਾਜ਼ ਦੇਣਾ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਜਿੰਨੀਆਂ ਵੀ ਪਾਰਟੀਆਂ ਨੇ ਜਾਂ ਕਿਸੇ ਕੈਦੀ ਦੀ ਰਿਹਾਈ ਦੇ ਵਿੱਚ ਮਸਲੇ ਚੁੱਕ ਰਹੇ ਨੇ ਇਹ ਪਿੰਡ ਪਿੰਡ ਘਰ ਘਰ ਹਰ ਪਰਿਵਾਰ ਤੱਕ ਇਹ ਗੱਲ ਪਹੁੰਚਾਉਣ ਕਿ ਸਿੱਖ ਕਿਹਦੀ ਕੌਮ ਨੇ ਤੇ ਇਹਨਾਂ ਨੂੰ ਰਿਹਾਈ ਕਰਨ ਵਾਸਤੇ ਆਹ ਜੇਲ੍ਹ ਪਰੋ ਅੰਦੋਲਨ ਜਿਹੜਾ ਉਹ ਚਲਾਉਣਾ ਜਿਸ ਦਿਨ ਸਾਡੀ ਪੂਰੀ ਸਿੱਖ ਕੌਮ ਨੂੰ ਇਹ ਜਾਗਰਤੀ ਆ ਗਈ ਸਭ ਤੋਂ ਪਹਿਲਾਂ ਗ੍ਰਿਫਤਦਾਰੀ ਮੈਂ ਦਊਗਾ ਔਰ ਜੇਲ੍ਹ ਪਰੋ ਅੰਦੋਲਨ ਅਸੀਂ ਕਰਾਂਗੇ ਔਰ ਉਹਦੇ ਵਿੱਚ ਇਹ ਗੱਲ ਆ ਜਾਂਦੀ ਆ ਕਿ ਜੇਲ੍ਹ ਦੇ ਵਿੱਚ ਇੰਨੇ ਬੰਦੇ ਨਹੀਂ ਆ ਸਕਦੇ ਔਰ ਇਹ ਸਾਰੀ ਕੌਮ ਨੂੰ ਇੱਕ ਪ੍ਰੋਗਰਾਮ ਦੇਣਾ ਪਊਗਾ ਉਸ ਪ੍ਰੋਗਰਾਮ ਦੇ ਵਿੱਚ ਜਿੰਨੇ ਬੰਦੇ ਜੇਲ੍ਹ ਦੇ ਵਿੱਚ ਜਾਂਦੇ ਨੇ ਜਾਣ ਬਾਕੀ ਬੰਦੇ ਜਿਹੜੇ ਉਹ ਸੜਕਾਂ ਦੇ ਉੱਤੇ ਆ ਜਾਣ ਔਰ ਕੈਦੀ ਦਾ ਜਿਹੜਾ ਰੋਟੀ ਹੁੰਦੀ ਆ ਉਹ ਸਰਕਾਰ ਦੀ ਹੁੰਦੀ ਆ ਸਿੱਖ ਕੌਮ ਇੱਕ ਐਲਾਨ ਕਰੇ ਕਿ ਕੋਈ ਵੀ ਬੰਦਾ ਜਿਹੜਾ ਰੋਟੀ ਨਹੀਂ ਖਾਏਗਾ ਹਰ ਬੰਦਾ ਜਿਹੜਾ ਜੇਲ੍ਹ ਪਰ ਹੋਵੇ ਅੰਦੋਲਨ ਦੇ ਵਿੱਚ ਜੇਲ੍ਹ ਦੇ ਵਿੱਚ ਜਾਏ ਜੇਲ੍ਹ ਤੋਂ ਬਾਅਦ ਜਿਹੜੇ ਬੰਦੇ ਨੇ ਉਹ ਆਪਣੇ ਪਰਿਵਾਰਾਂ ਸਮੇਤ ਜਿਹੜੇ ਛੜਕਾਂ ਦੇ ਵਿੱਚ ਹੋਣ ਔਰ ਕੋਈ ਬੰਦਾ ਰੋਟੀ ਨਾ ਖਾਏ ਸਰਕਾਰ ਦੀ ਰੋਟੀ ਦਾ ਜਿਹੜਾ ਇੰਤਜ਼ਾਰ ਕਰੇ ਇਹਦਾ ਪਹਿਲਾਂ ਜਿਹੜਾ ਵਾ ਇਹਦਾ ਐਲਾਨ ਕੀਤਾ ਜਾਵੇ ਕਿ ਅਸ ਦਿਨ ਅਸੀਂ ਜੇਲ੍ਹ ਪਰ ਅੰਦੋਲਨ ਕਰਾਂਗੇ ਅਸੀਂ ਰੋਟੀ ਨਹੀਂ ਖਾਵਾਂਗੇ ਅਹੀਂ ਸਰਕਾਰ ਦੀ ਰੋਟੀ ਦਾ ਜਿਹੜਾ ਇੰਤਜ਼ਾਰ ਕਰਾਂਗੇ ਕਿ ਕੋਈ ਬੰਦਾ ਨਾ ਕਰੇ ਉਸ ਅਲਟੀਮੇਟ ਦੇ ਹਿਸਾਬ ਨਾਲ ਉਸ ਦਿੱਤੇ ਪ੍ਰੋ ਹੋਰਾਂ ਦੇ ਹਿਸਾਬ ਨਾਲ ਜਿਹੜਾ ਵਾ ਜੇਲ੍ਹ ਪਰੋ ਅੰਦੋਲਨ ਜਿਹੜਾ ਵਾ ਇਹ ਚੱਲਿਓ ਬਗੈਰ ਇਹਨਾਂ ਸਰਕਾਰਾਂ ਨੇ ਰੋਕ ਨਹੀਂ ਆਵਾ ਔਰ ਜੇਲ੍ਹ ਪਰ ਅੰਦੋਲਨ ਦੇ ਵਿੱਚ ਸਭ ਤੋਂ ਪਹਿਲਾਂ ਗ੍ਰਿਫਤਾਰੀ ਜਿਹੜੀ ਆ ਦਾਸ ਦੇਣ ਨੂੰ ਤਿਆਰ ਆ ਜੇ ਗੱਲ ਕੀਤੀ ਜਾਵੇ ਭਾਜੀਪੀ ਦੇ ਜਿਹੜੇ ਅਸ਼ਵੀ ਸ਼ਰਮਾ ਨੇ ਪ੍ਰਧਾਨ ਉਹਨਾਂ ਦਾ ਕਹਿਣਾ ਬੱਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿ ਕਾਨੂੰਨ ਤੋਂ ਬਾਹਰ ਕੋਈ ਵੀ ਕੰਮ ਨਹੀਂ ਹੋਊਗਾ ਕੀ ਕਹਾਂ ਜਾਂਦੇ ਜਿੱਥੇ ਇਹ ਤਾਂ ਰਾਜਨੀਤਿਕ ਨਾਮ ਨੂੰ ਕੋਈ ਸਵਾਲ ਪੁੱਛ ਮੈਂ ਦੱਪਿਸ਼ੂ ਜਿੱਥੇ ਸਵਾਲ ਆ ਜਾਂਦਾ ਕਾਨੂੰਨ ਦਾ ਕੀ ਇਹ ਪੁੱਛਣਾ ਵੀ ਜੇ ਕਾਨੂੰਨ ਦੇ ਲਿਆ ਨਾ ਨਾ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਜਿਸ ਦਿਨ ਨਾ ਤਿੰਨ ਕਾਲੇ ਕਾਨੂੰਨ ਬਣਾਏ ਨੇ ਇਹ ਕਾਨੂੰਨ ਆਜਾਤ ਨੰਦਾ ਕਿ ਪੂਰੇ ਕਿਸਾਨਾਂ ਦੀ ਜ਼ਮੀਨ ਖੋ ਕੇ ਤੇ ਜਿਹੜੀ ਆ ਉਹ ਅਡਾਨੀ ਬਾਨੀ ਨੂੰ ਦੇ ਦੋ ਕਾਨੂੰਨ ਜਿਹੜਾ ਵਾ ਕਿ ਸਿਰਫ ਸਿੱਖਾਂ ਵਾਸਤੇ ਆ ਅਸੀਂ ਅੱਜ ਸਿੱਖ ਕਿਉਂ ਤਰਨੇ ਆਦੇ ਜਾ ਰਹੇ ਨੇ ਕਿ ਸਿਰਫ ਇੱਕ ਕਾਨੂੰਨ ਦੇ ਤੌਰ ਤੇ ਕਾਨੂੰਨ ਹਿੰਦੁਸਤਾਨ ਦੇ ਵਿੱਚ ਸਿੱਖਾਂ ਵਾਸਤੇ ਹੋਰ ਆ ਤੇ ਇਹਨਾਂ ਵਾਸਤੇ ਬਾਕੀਆਂ ਵਾਸਤੇ ਹੋਰ ਆ ਜਬੀਬਾਦਲ ਕਹਿੰਦੀ ਵੀ ਸਾਡੇ ਤੋਂ ਇਲਾਵਾ ਕੋਈ ਵਾਇ ਨਹੀਂ ਚੁੱਕਦਾ ਦੇਖੋ ਜੀ ਜੇਕਰ ਸੁਖਵੀਰ ਬਾਦਲ ਅੱਜ ਕਹਿ ਰਿਹਾ ਮੈਂ ਆਵਾਜ਼ ਚੁੱਕਦਾ ਸੁਖਵੀਰ ਬਾਦਲ ਦਾ ਡੈਡੀ ਜਿਹੜਾ ਵਾ ਤਿੰਨ ਵਾਰੀ ਮੁੱਖ ਮੰਤਰੀ ਬਣਿਆ ਉਦੋਂ ਕਿਉਂ ਨਹੀਂ ਕੀਤਾ ਇਹ ਸਿਰਫ ਇੱਕ ਰਾਜਨੀਤੀ ਸਟੱਡ ਮਾਰਦੇ ਨੇ ਔਰ ਇਹ ਅਕਾਲੀ ਈਦਾਲ ਜਿਹੜਾ ਵਾ ਇਹਨਾਂ ਦੀ ਦੇਣ ਵਾ ਹਰਮੰਦਰ ਸਾਹਿਬ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਤਿੰਨ ਪਾਰਟੀਆਂ ਨੇ ਰਲ ਕੇ ਹਮਲਾ ਕੀਤਾ ਅਕਾਲ ਕਾਂਗਰਸ ਨੇ ਕੀਤਾ ਅਕਾਲੀਆਂ ਨੇ ਕਰਵਾਇਆ ਬੀਜਪੀ ਨੇ ਸਪੋਰਟ ਕੀਤੀ ਤੇ ਇਹਨਾਂ ਦੀ ਬਦੌਲਤ ਤਾਂ ਕੈਦੀ ਅੰਦਰ ਗਏ ਨੇ ਔਰ ਇਹੋ ਹੀ ਉਦਨ ਕਹਿੰਦੇ ਕਿ ਖਤਰਨਾਕ ਅੱਤਵਾਦੀ ਨੇ ਜੇ ਬਾਹਰ ਆ ਗਏ ਤੇ ਤਿੰਨ ਵਾਰੀ ਮੁੱਖ ਮੰਤਰੀ ਬਣਨਾ 15 ਸਾਲਾਂ ਦੀ ਕੈਦੀ ਰਿਹਾਈ ਕਿਉਂ ਨਹੀਂ ਕੀਤੀ?